ਬੰਦਾ ਦੇ ਇਸਲਾਮਾਗੰਜ ਦੇ ਵਿੱਚ ਧਮਕੀ ਭਰੀ ਚਿੱਠੀ ਮਿਲੀ ਹੈ। ਦਰਅਸਲ ਸ਼ਿਵ ਸੈਨਾ ਵਾਲ ਠਾਕਰੇ ਦੇ ਜ਼ਿਲ੍ਹਾ ਇੰਚਾਰਜ ਨੂੰ ਧਮਕੀ ਭਰੀ ਇਹ ਚਿੱਠੀ ਮਿਲੀ ਹੈ। ਜ਼ਿਲ੍ਹਾ ਇੰਚਾਰਜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਘਰ ਦੇ ਬਾਹਰ ਜੋ ਕਾਰ ਖੜ੍ਹੀ ਸੀ ਉਸ ਘਰ ਦੇ ਬਾਹਰ ਦੀ ਖੜ੍ਹੀ ਕਾਰ ਦੇ ਸ਼ੀਸ਼ੇ 'ਤੇ ਇਹ ਚਿੱਠੀ ਚਿਪਕਾਈ ਹੋਈ ਸੀ। ਖਾਲਿਸਤਾਨ ਜ਼ਿੰਦਾਬਾਦ ਇਸ ਚਿੱਠੀ 'ਤੇ ਲਿਖਿਆ ਹੋਇਆ ਸੀ।